ਤੁਸੀਂ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਸੀਸੀਟੀਵੀ ਫੁਟੇਜ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਗੁਰਦੁਆਰਾ ਸਾਹਿਬ ਦੀ ਛੱਤ ਤੋਂ ਛਾਲ ਮਾਰ ਦਿੰਦਾ ਹੈ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਉਸ ਨੌਜਵਾਨ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਹਾਲਾਂਕਿ ਇਸ ਨੌਜਵਾਨ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੰਭੀਰ ਰੂਪ ਦੇ ਵਿੱਚ ਇਹ ਨੌਜਵਾਨ ਜ਼ਖਮੀ ਹੋ ਗਿਆ ਹੈ ਮੌਕੇ ਤੇ ਮੌਜੂਦ ਚਸ਼ਮਦੀਦਾ ਵੱਲੋਂ ਇਸ ਘਟਨਾ ਬਾਰੇ ਕੀ ਕੁਝ ਕਹਿਣਾ ਹੈ ਉਹ ਵੀ ਤੁਸੀਂ ਸੁਣ ਲਓ ਕੀ ਹੋਈ ਜੀ ਬਾਬਾ ਜੀ ਪਤਾ ਨਹੀਂ ਤੁਹਾਨੂੰ ਮੈਂ ਉੱਪਰੋਂ ਅਸੀਂ ਤਾਂ ਟ੍ਰੈਫਿਕ ਕੜਾਉਂਦੇ ਸੀਗੇ ਇੱਧਰੋਂ ਉਹ ਪਤਾ ਨਹੀਂ ਉੱਪਰੋਂ ਛਾਲ ਮਾਰ ਗਿਆ ਪਤਾ ਨਹੀਂ ਕੋਈ ਗੱਲਬਾਤ ਹੋਣੀ ਸਾਨੂੰ ਨਹੀਂ ਪਤਾ ਹੈ ਕਹਿੰਦੇ ਦੱਸਦੇ ਕਹਿੰਦੇ ਪੂਰਾ ਹੋ ਗਿਆ ਪਤਾ ਨਹੀਂ ਹਸਪੀਟਲ ਲੈ ਕੇ ਗਏ ਸੀ ਹਾਂ ਸਾਨੂੰ ਅਜੇ ਪਤਾ ਨਹੀਂ ਲੱਗਿਆ ਉੱਪਰੋਂ ਛਾਲ ਮਾਰੀ ਸੀ ਆਹੀ ਆਪਣਾ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਅਖਤਿਆਰ ਸਿੰਘ ਜੀ ਗੱਲਬਾਤ ਇੰਨਾ ਪਤਾ ਲੱਗਿਆ ਵੀਰੇ ਥੱਲੇ ਡਿੱਗਦੇ ਤੇ ਪਤਾ ਲੱਗਿਆ ਵੀ ਥੱਲੇ ਡਿੱਗਿਆ ਬਸ ਹੋਰ ਉਮਰ ਹੋਊਗੀ 25-30 ਸਾਲ ਦੀ ਵੱਧ ਤੋਂ ਵੱਧ ਇਹ ਨਹੀਂ ਪਤਾ ਜੀ ਦਿਮਾਗੀ ਸੀਗੀ ਕੀ ਪਤਾ ਪਰੇਸ਼ਾਨ ਬਾਬਾ ਕਹਿੰਦਾ ਵੀ ਉੱਤੇ ਥੱਲੇ 5-6 ਵਾਰੀ ਪੌੜੀਆਂ ਚੜਿਆ 5-6 ਵਾਰੀ ਉਤਰਿਆ ਵਾ ਬਾਅਦ ਜਾ ਕੇ ਉੱਪਰ ਜਾ ਕੇ ਛਾਲ ਮਾਰ ਹਾਂ ਛਾਲ ਮਾਰ ਇਹੀ ਪਤਾ ਲੱਗਿਆ ਵੀ ਥੱਲੇ ਆਇਆ ਬਸ ਅੱਧਾ ਪੌਣਾ ਘੰਟਾ ਹੋ ਗਿਆ ਬਾਬਾ ਸੁਰਿੰਦਰ ਸਿੰਘ ਜੀ ਇਸ ਟਾਈਮ ਜੀ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਵਾਕਿਆ ਹੋਇਆ ਜੀ ਇੱਦਾਂ ਇੱਥੇ ਦੇਖੋ ਜੀ ਭੋਗ ਸੀਗਾ ਅਸੀਂ ਤਾਂ ਉੱਧਰ ਖੜ੍ਹੇ ਸੀ ਗੁਰਦੁਆਰੇ ਪਰਲੇ ਪਾਸੇ ਮਾਲਟੋਨ ਸਟੈਕਸ਼ਨ ਅਤੇ ਉੱਥੇ ਭੋਗ ਪਿਆ ਉੱਧਰੋਂ ਜਨਾਨੀਆਂ ਨਿਕਲੀਆਂ ਉਹਨਾਂ ਨੇ ਖੜ੍ਹੀ ਹੋਈ ਸੀ ਸਾਡੇ ਕੋਲ ਹੀ ਖੜ੍ਹੇ ਸੀਗੇ ਉਹਨਾਂ ਨੇ ਦੇਖਿਆ ਹੀ ਬੰਦਾ ਉੱਤੋਂ ਡਿੱਗਿਆ ਵੀ ਛਾਲ ਮੈਂ ਕਿਹਾ ਵੀ ਸ਼ਾਇਦ ਕੋਈ ਸੇਵਾ ਕਰਨ ਵਾਲੇ ਹੋਣਗੇ ਵੀ ਪੈਰ ਤਿਲਕ ਗਿਆ ਹੋ ਸਕਦਾ ਪੈਰ ਵੀ ਤਿਲਕ ਸਕਦਾ ਕੋਈ ਵੇਲੇ ਚੱਕਰ ਵੀ ਆ ਸਕਦਾ ਐਸੀ ਕੋਈ ਵੇਲੇ ਭਾਵਨਾ ਵਰਤਦੀ ਆ ਕੋਈ ਵੇਲੇ ਘਰੋਂ ਦੁਖੀ ਹੁੰਦਾ ਸੋ ਘਰ ਦੀਆਂ ਪ੍ਰੋਬਲਮਾਂ ਹੁੰਦੀਆਂ ਕੀ ਪਤਾ ਮਾਂ ਪਿਓ ਤੋਂ ਦੁਖੀ ਜਾਂ ਕਿੱਦਾਂ ਦੁਖੀ ਆ ਜਾਂ ਭੈਣ ਭਰਾ ਤੋਂ ਜਾਂ ਲੈਣ ਦੇਣ ਤੋਂ ਦੁਖੀ ਹੁੰਦਾ ਇਹ ਕੋਈ ਪਤਾ ਨਹੀਂ ਹੁੰਦਾ ਇਸ ਗੱਲ ਦਾ ਇਹਨੂੰ ਕਿਸੇ ਨੂੰ ਪਤਾ ਨਹੀਂ ਇਹਦਾ ਉਹ ਵਾਹਿਗੁਰੂ ਹੀ ਜਾਣਦਾ ਮੌਕੇ 'ਤੇ ਲੈ ਗਏ ਜਿਹੜੇ ਉਹ ਦਿੱਲੀ ਤੋਂ ਆਏ ਸੀ ਬੰਦੇ ਭੋਗ 'ਤੇ ਇੱਥੇ ਉਹ ਹੈ ਇੱਥੋਂ ਦੀ ਆ ਇੱਥੋਂ ਕਹਿੰਦੇ ਆ ਪਹਿਲੀ ਬੱਤੀ ਨਹੀਂ ਇੱਧਰ ਭਾਉ ਨੂੰ ਆ ਗੁੰਮੜ ਕੋਲ ਇੱਥੋਂ ਇੱਥੋਂ ਹੀ ਛਾਲ ਮਾਰੀ ਸੀ ਅਤੇ ਬਾਕੀ ਹੁਣ ਰੱਬ ਹੀ ਜਾਣਦਾ ਉਹਦੀ ਸੱਟ ਤਾਂ ਲੱਗੀ ਆ ਦਿਮਾਗ 'ਚ ਜੇ ਹੁਣ ਬਚ ਗਿਆ ਤਾਂ ਅੱਗੋਂ ਉਹਦੀ ਮੌਜ ਆ ਬਾਕੀ ਅਕਾਲ ਪੁਰਖ ਦੇ ਹੱਥ ਵੱਸਾ ਅਤੇ ਬਾਕੀ ਦੇਖੋ ਜੀ ਇੱਥੇ ਕਿਸੇ ਦਾ ਕੋਈ ਵਾਸਾ ਨਹੀਂ ਜੋ ਬਾਬਾ ਦੀਪ ਸਿੰਘ ਦੀ ਸ਼ਕਤੀ ਇੰਨੀ ਆ ਮਹਾਰਾਜ ਇੰਨੇ ਐਕਸੀਡੈਂਟ ਹੁੰਦੇ ਆ ਇੱਥੇ ਸਭ ਦੇ ਹੱਥ ਰੱਖ ਕੇ ਰੱਖਦਾ ਹੈ ਜਸਵੰਤ ਸਿੰਘ ਪਾਰਕਿੰਗ ਦੇ ਵਿੱਚ ਜੀ ਸਕੂਟਰ ਜਮ੍ਹਾਂ ਕਰਨ ਦਾ ਹਾਂਜੀ ਹਾਂਜੀ ਇਹ ਬੰਦਾ ਉੱਥੇ ਖੜਾ ਸੀਗਾ ਜੀ ਪਤਾ ਨਹੀਂ ਲੱਗਾ ਕੀ ਕਰਦਾ ਉਹ ਖੜਾ ਸੀਗਾ ਤੇ ਪਤਾ ਹੀ ਉਹਦਾ ਲੱਗਿਆ ਥੱਲੇ ਥੱਲੇ ਉਤਰ ਗਿਆ ਗਾਲ ਮਾਰ ਗਿਆ ਹਾਂ ਤੀਜੀ ਤੋਂ ਹਾਂਜੀ ਹਾਂਜੀ ਉੱਪਰੋਂ ਹਾਂਜੀ ਜਾਨ ਲੈ ਗਏ ਹਸਪਤਾਲ ਪਤਾ ਨਹੀਂ ਸੀਸੀਟੀਵੀ ਕੈਮਰੇ ਦੀ ਕੋਈ ਆਇਆ ਹਸਪਤਾਲ ਤੇ ਲੈ ਗਏ ਪਤਾ ਨਹੀਂ ਕੀ ਗੱਲ ਹਾਂਜੀ ਹਾਂਜੀ ਨਹੀਂ ਨਹੀਂ ਆਪਾਂ ਨੂੰ ਪਤਾ ਇੱਥੋਂ ਇਹਨਾਂ ਨੂੰ ਪੁੱਛੋ ਗੁਰਦੁਆਰੇ ਵਾਲਿਆਂ ਨੂੰ ਹਾਂਜੀ ਹਾਂਜੀ ਪਛਾਣ ਹੋਈ ਨਾ ਪਤਾ ਉਹਨਾਂ ਨੂੰ ਪਤਾ ਜੀ ਮੈਂ ਤਾਂ ਪਾਰਕਿੰਗ ਦੇ ਵਿੱਚ ਹਾਂ ਸਕੂਟਰ ਜੀ